जा नहीं रहा है, कठोर हो गया दिल पहला जा नहीं रहा है, कठोर हो गया। वेखे दुनिया दे रंग, दुनिया दे रंग थोड़ा होर हो गया। जिन्नी साड़ी उम्मीद सी ਉਸ ਤੋਂ ਜੇ ਕਹੀਏ ਕਿ 100 ਗੁਣਾ ਵੱਧ ਕੇ ਮੁਹੱਬਤ ਦਿੱਤੀ ਹੈ ਯੂਕੇ ਵਾਲਿਆਂ ਨੇ, ਤਾਂ ਉਹ ਵੀ ਘੱਟ ਹੋਏਗਾ। ਕਿਉਂਕਿ ਮੇਰੇ ਦਿਮਾਗ 'ਚ ਥੋੜ੍ਹੀ ਜਿਹੀ ਇਹ ਗੱਲ ਸੀ, ਕਿਉਂਕਿ ਯੂਕੇ ਦੇ ਜਿਹੜੇ ਬੌਰਨ ਬੱਚੇ ਨੇ ਥੋੜ੍ਹਾ ਜਿਹਾ ਠੇਠ ਪੰਜਾਬੀ ਉਹਨਾਂ ਨੂੰ ਘੱਟ ਸਮਝ ਆਉਂਦੀ ਹੈ, ਜਾਂ ਸੱਭਿਆਚਾਰ ਨਾਲ ਰਾਬਤਾ ਥੋੜ੍ਹਾ ਜਿਹਾ ਘੱਟ ਹੈ, ਕਿਉਂਕਿ ਇੱਥੇ ਜਿਹੜਾ ਉਹਨਾਂ ਦਾ ਇਰਦ ਗਿਰਦ ਹੈ ਸਾਰਾ ਇੰਗਲਿਸ਼ ਬੋਲੀ ਦਾ ਵਾਲਾ ਹੈ। ਪਰ ਬਾਵਜੂਦ ਇਸ ਦੇ, ਮੈਂ ਰਾਤ ਦੀ ਮਹਿਫਲ ਦੀ ਗੱਲ ਕਰਾਂ, ਜੇਕਰ ਅਸੀਂ ਜਿਹੜਾ ਸ਼ੋਅ ਕੀਤਾ ਬਰੋਹਮਟਨ 'ਚ, ਉਹਦੇ ਵਿੱਚ 90% ਸੰਜੀਦਾ ਗੀਤ ਗਾਏ ਨੇ, ਜਿਹਨਾਂ ਕਿ ਮਿਊਜ਼ਿਕ ਬਿਲਕੁਲ ਘੱਟ ਸੀ, ਜਿਨ੍ਹਾਂ ਵਿੱਚ ਇਸ ਦੇ ਬਾਵਜੂਦ ਵੀ ਉਹਨਾਂ ਨੇ ਖੜ ਖੜ ਕੇ ਤਾੜੀਆਂ ਮਾਰੀਆਂ ਔਰ ਇੰਜੋਏ ਕੀਤਾ ਔਰ ਸੰਜੀਦਗੀ ਨੂੰ, ਸ਼ਾਇਰੀ ਨੂੰ। ਸੋ ਮੈਂ ਤਾਂ ਇਹੀ ਕਹਿ ਸਕਦਾ ਜੀ, ਇਹ ਬਿਯੋਂਡ ਐਕਸਪੈਕਟੇਸ਼ਨ ਇਹਨਾਂ ਦੀ ਜਿਹੜੀ ਦਾਦ ਸੀ। ਹਾਂਜੀ ਸਤਿੰਦਰ ਜੀ, ਬਹੁਤ ਅੱਛੀ ਗੱਲ ਹੈ ਕਿ ਤੁਸੀਂ ਸੰਜੀਦਗੀ ਦੀ ਗੱਲ ਕੀਤੀ ਹੈ, ਕਿ ਮੈਨੂੰ ਉਮੀਦ ਹੈ ਕਿ ਤੁਸੀਂ ਸੰਜੀਦਾ ਸ਼ਾਇਰ ਹੋ ਅਤੇ ਇੱਕ ਨਵੇਕਲੇ ਗਾਇਕ ਵੀ ਹੋ, ਕਿ ਤੁਸੀਂ ਮਾਰਕੀਟ ਦੇ ਵਿੱਚ ਨਵਾਂਪਨ ਲੈ ਕੇ ਆਏ ਹੋ ਅਤੇ ਤੁਹਾਡੇ ਗੀਤਾਂ ਵਿੱਚ ਬੜੀ ਸੰਜੀਦਗੀ ਝਲਕਦੀ ਹੈ, ਅਤੇ ਤੁਸੀਂ ਆਪਣੇ ਆਪ ਨੂੰ ਮਤਲਬ ਕੀ ਦਰਸਾਉਣਾ ਚਾਹੁੰਦੇ ਹੋ, ਕਿ ਤੁਸੀਂ ਇੱਕ ਸ਼ਾਇਰ ਹੋ ਕਿ ਇੱਕ ਕੀ ਦੱਸਣਾ ਚਾਹੁੰਦੇ ਹੋ? ਨਹੀਂ ਵੈਸੇ ਤਾਂ ਮੈਂ ਕੁਛ ਵੀ ਨਹੀਂ ਜੀ, ਪਰ ਮੈਂ ਅੱਧਾ ਕੁ ਸ਼ਾਇਰ ਹਾਂ, ਅੱਧਾ ਕੁ ਗਾਉਣ ਵਾਲਾ ਹਾਂ, ਕੰਪਲੀਟ ਕੁਛ ਵੀ ਨਹੀਂ ਹੈ। ਸੋ ਇਸ ਕਰਕੇ ਸ਼ਾਇਰੀ ਦਾ ਘਰ ਦੂਰ, ਸਤਿੰਦਰਾ ਗਾਇਕੀ ਉਹ ਤੋਂ ਦੂਣੀ ਵੀ ਲਾ ਲੈ ਧੂਣੀ ਜੇ ਮੰਜ਼ਿਲ ਛੂਹਣੀ, ਕਿੱਦਾਂ ਗੀਤ ਲਿਖੇਗਾ ਗਾਗਰ ਲਫਜ਼ਾਂ ਵਾਲੀ ਊਣੀ, ਪਿਆਰ ਵਿਹੂਣੀ ਸੋਚ ਅਲੂਣੀ। ਸੋ ਹੁਣ ਤੂੰ ਆਪੇ ਦੱਸ ਕੇ ਕਿੱਦਾਂ ਪਾਲੂ ਵਿੱਚ ਕੇ ਭੰਗੜਾ, ਬੰਦਾ ਲੰਗੜਾ ਸਾਲੇ ਝੰਗੜਾ, ਲੋਕਾਂ ਨੂੰ ਕੀ ਦੇਵੇਗਾ ਜੀ, ਖੁਦ ਹੀ ਜਿਹੜਾ ਲੰਗੜਾ ਕਰਮਾ ਸੰਧੜਾਂ ਦੀ ਤੋਂ ਮੰਗੜਾ। ਸੋ ਮੈਂ ਇਹੀ ਕਹਿਣਾ ਚਾਹ ਰਿਹਾ ਕਿ ਮਤਲਬ ਕਿ ਕੰਪਲੀਟਨੈਸ ਕਿਸੇ ਵੀ ਚੀਜ਼ 'ਚ ਨਹੀਂ ਹੈਗੀ, ਬਸ ਥੋੜ੍ਹਾ ਥੋੜ੍ਹਾ ਸਾਰੇ ਪਾਸੇ ਹੱਥ ਮਾਰਨ ਦੀ ਕੋਸ਼ਿਸ਼ ਕਰਦੇ ਹਾਂ। ਬਹੁਤ ਖੁਸ਼ੀ ਵਾਲੀ ਗੱਲ ਹੈ, ਮੈਂ ਆਪਣੇ ਦਰਸ਼ਕਾਂ ਨੂੰ ਦੱਸਦੇ ਜਾਵਾਂ ਕਿ ਸਾਡੇ ਡਾਕਟਰ ਸਤਿੰਦਰ ਸਰਤਾਜ, ਇਹਨਾਂ ਨੂੰ ਮੈਂ ਕਹਿਣਾ ਬਣਦਾ, ਕਿਉਂਕਿ ਇਹਨਾਂ ਨੇ PhD ਕੀਤੀ ਆ, ਡਿਪਲੋਮੇ ਕੀਤੇ ਨੇ, MPhil ਕੀਤੀ ਆ ਅਤੇ ਗ੍ਰੈਜੂਏਸ਼ਨ ਵੀ ਕੀਤੀ ਆ, ਬਹੁਤ ਚੰਗਾ ਲੱਗਦਾ। ਅਤੇ ਮੈਂ ਇਹਨਾਂ ਨੂੰ ਇੱਕ ਸਵਾਲ ਇੱਥੇ ਜ਼ਰੂਰ ਪੁੱਛਣਾ ਚਾਹਾਂਗਾ, ਜਿਹੜਾ ਮੇਰੇ ਹਮੇਸ਼ਾ ਜ਼ਿਹਨ ਦੇ ਵਿੱਚ ਰਿਹਾ ਕਿ ਕਈ ਵਾਰੀ ਅਸੀਂ ਫੁੱਲਾਂ ਦੇ ਬਾਗਾਂ ਦੀ ਗੱਲ ਕਰਦੇ ਹਾਂ ਅਤੇ ਫੁੱਲਾਂ ਦੇ ਬਗੀਚਿਆਂ ਦੀ ਗੱਲ ਕਰਦਾ, ਅਤੇ ਤੁਹਾਡੇ ਹੀਰੀਏ ਫਕੀਰੀਏ ਦੇ ਵਿੱਚ ਗੀਤ ਦੇ ਵਿੱਚ ਜ਼ਿਕਰ ਹੋਇਆ ਸੀ ਕਿ ਫੁੱਲਾਂ ਦਾ ਜੰਗਲ ਫਰੋਲੋ ਜੀ, ਅਤੇ ਉਹਦੇ ਬਾਰੇ ਮੈਨੂੰ ਥੋੜ੍ਹੀ ਜਿਹੀ ਚਾਨਣਾ ਪਾਓ ਪਲੀਜ਼। ਫੁੱਲ ਦੇਖੋ ਜੀ, ਜਿਹੜੇ ਬਗੀਚੇ ਹੁੰਦੇ ਆ ਜਾਂ ਬਾਗ ਹੁੰਦੇ ਆ, ਉਹ ਇਨਸਾਨ ਬਣਾਉਂਦਾ, ਜਿਹੜਾ ਫੁੱਲਾਂ ਦਾ ਜੰਗਲ ਹੁੰਦਾ ਉਹ ਕਾਇਨਾਤ ਆਪ ਬਣਾਉਂਦੀ ਹੈ, ਉਹ ਖੁਦਾ ਬਣਾਉਂਦਾ। ਸੋ ਇਸ ਕਰਕੇ ਮੈਨੂੰ ਲੱਗਦਾ ਕਿ ਜਿਹੜੀ ਦਰਅਸਲ ਫਕੀਰੀ ਆ ਉਹ ਤੁਹਾਨੂੰ ਖੁਦਾਈ ਜੰਗਲ 'ਚ ਹੀ ਮਿਲ ਸਕਦੀ ਹੈ। ਬਹੁਤ ਅੱਛੀ ਗੱਲ ਹੈ ਕਿ ਤੁਸੀਂ ਮਤਲਬ ਬਹੁਤ ਹੀ ਬਹੁਤ ਵਧੀਆ ਸਾਨੂੰ ਦੱਸਿਆ ਹੈਗਾ, ਅਤੇ ਨਾਲ ਦੀ ਨਾਲ ਇਹ ਜ਼ਰੂਰ ਦੱਸੋ ਕਿ ਤੁਸੀਂ ਕੈਨੇਡਾ, ਆਸਟ੍ਰੇਲੀਆ, ਇੰਡੀਆ 'ਚ ਵੀ ਸ਼ੋਅ ਕਰਦੇ ਹੋ, ਬਹੁਤ ਸਾਰੇ ਥਾਵਾਂ 'ਤੇ ਸ਼ੋਅ ਕਰਦੇ ਹੋ, ਅਤੇ UK 'ਚ ਤੁਹਾਨੂੰ ਆਉਣ ਦਾ ਪਹਿਲੀ ਵਾਰੀ ਮੌਕਾ ਮਿਲਿਆ, ਅਤੇ ਮੈਂ ਤੁਹਾਡੇ ਤੋਂ ਜ਼ਰੂਰ ਪੁੱਛਣਾ ਚਾਹਾਂਗਾ ਕਿ ਜਿਹੜੇ ਇੱਥੋਂ ਦੇ ਸਰੋਤੇ ਆ ਜਾਂ ਇੰਗਲੈਂਡ ਦੇ ਸ਼ੋਆਂ ਬਾਰੇ ਤੁਹਾਡਾ ਕੀ ਤਜਰਬਾ ਰਿਹਾ, ਤੁਸੀਂ ਸਾਡੇ ਦਰਸ਼ਕਾਂ ਨਾਲ ਸਾਂਝਾ ਕਰੋ ਤਜਰਬਾ। ਦੇਖੋ ਜੀ, ਜਿੰਨੇ ਵੀ ਪ੍ਰਦੇਸੀ ਮੁਲਕ ਨੇ ਜਿੱਥੇ ਪੰਜਾਬੀ ਰਹਿੰਦੇ ਨੇ, ਉੱਥੇ ਨੋਰਮਲੀ ਸੈਟਰਡੇ ਸੰਡੇ ਹੀ ਸ਼ੋਅ ਹੁੰਦਾ, ਪਰ ਅਸੀਂ ਇੱਥੇ ਬੁੱਧਵਾਰ ਨੂੰ ਅਤੇ ਵੀਰਵਾਰ ਨੂੰ ਵੀ ਸ਼ੋਅ ਕਰਕੇ ਦੇਖਿਆ, ਜਿਹੜਾ ਕਿ ਫੁੱਲੀ ਸੋਲਡ ਆਊਟ ਰਿਹਾ, ਹਾਲ ਖਚਾ ਖਚ ਭਰਿਆ ਹੋਇਆ ਸੀ। ਜੇਕਰ 8 ਵਜੇ ਸ਼ੋਅ ਸ਼ੁਰੂ ਹੋਣਾ ਅਤੇ ਲੋਕ 6:30 ਵਜੇ ਚੇਅਰਸ 'ਤੇ ਜਾ ਕੇ ਬਹਿ ਜਾਂਦੇ ਸੀ, ਪੂਰੇ ਦੇ ਪੂਰੇ ਪਰਿਵਾਰ ਆਏ ਨੇ, ਬੱਚੇ ਆਏ ਨੇ, ਬਜ਼ੁਰਗ ਆਏ ਨੇ, ਮੁਟਿਆਰਾਂ, ਅੱਲੜ ਨੌਜਵਾਨ, ਇੱਥੋਂ ਦੇ ਜੰਮੇ ਪਲੇ ਵੀ, ਪੰਜਾਬੋਂ ਆਏ ਵੀ, ਸਾਰੇ ਤਰ੍ਹਾਂ ਦੇ ਲੋਕ ਆਏ, ਔਰ ਸਾਰਿਆਂ ਨੇ, ਸਭ ਤੋਂ ਵੱਡੀ ਗੱਲ ਹੈ ਕਿ ਖੁੱਲ੍ਹ ਕੇ ਇੰਜੋਏ ਕਰਦੇ ਨੇ। UK ਵਾਲਿਆਂ ਦੀ ਜਿਹੜੀ ਖਾਸੀਅਤ ਇਹ ਆ
ਕਿ ਇੱਥੇ ਕੋਈ ਆਪਣੇ ਆਪ 'ਤੇ ਬੰਦਿਸ਼ ਨਹੀਂ ਸਮਝਦਾ, ਜਿਹੜਾ ਜੀ ਕਰਦਾ ਉਹ ਸੀਟੀ ਵੀ ਮਾਰ ਲੈਂਦਾ, ਜਿਹਦਾ ਜੀ ਕਰਦਾ ਉਹ ਲਲਕਾਰਾ ਵੀ ਮਾਰ ਲੈਂਦਾ। ਸੋ ਚੰਗੀ ਗੱਲ ਹੈ ਜੇ, ਕਿਉਂਕਿ ਤੁਸੀਂ ਇੰਟਰਟੇਨਮੈਂਟ ਤੁਹਾਡਾ ਸਾਡਾ ਜਿਹੜਾ ਕਿਸੇ ਵੀ ਫਨਕਾਰ ਦਾ ਪਹਿਲਾ ਧਰਮ ਆ ਉਹ ਇੰਟਰਟੇਨਮੈਂਟ ਆ। ਜੇਕਰ ਅਸੀਂ ਉਹਨਾਂ ਨੂੰ ਖੁਸ਼ ਕਰਦੇ ਹਾਂ ਤਾਂ ਹੀ ਉਹਨਾਂ ਅੰਦਰੋਂ ਜਜ਼ਬੇ ਨਿਕਲਦੇ ਨੇ, ਤਾਂ ਹੀ ਉਹ ਕਿਲਕਾਰੀਆਂ ਲਲਕਾਰੇ ਸੀਟੀਆਂ ਮਾਰਦੇ ਨੇ। ਸੋ ਬੜਾ ਚੰਗਾ ਲੱਗਦਾ। ਪਰ ਦੂਜੀ ਜਿਹੜੀ ਵੱਡੀ ਖੁਸ਼ੀ ਦੀ ਗੱਲ ਇਹ ਆ ਕਿ ਜਦੋਂ ਵੀ ਕੋਈ ਸੀਰੀਅਸ ਸੌਂਗ ਹੁੰਦਾ ਤਾਂ ਉਹ ਉਨੇ ਹੀ ਜ਼ਿਆਦਾ ਇਤਮਿਨਾਨ ਨਾਲ ਸੁਣਦੇ ਨੇ। ਸੋ ਇਸ ਗੱਲ ਦੀ ਦਾਤ ਦੇਣੀ ਬਣਦੀ ਇਹਨਾਂ ਨੂੰ। ਬਹੁਤ ਅੱਛੀ ਗੱਲ ਹੈ ਸਤਿੰਦਰ ਜੀ, ਤੁਸੀਂ ਜਿਸ ਹਿਸਾਬ ਨਾਲ ਸ਼ੋਆਂ ਦੇ ਬਾਰੇ ਗੱਲ ਕੀਤੀ ਹੈ ਬੜਾ ਚੰਗਾ ਲੱਗਦਾ ਤੁਹਾਡੇ ਨਾਲ ਗੱਲ ਕਰਕੇ। ਅਤੇ ਮੈਂ ਦਰਸ਼ਕਾਂ ਦੇ ਨਾਲ ਵੀ ਸਾਂਝ ਪਾਉਂਦਾ ਜਾਵਾਂਗਾ ਪਿਆਰੇ ਦਰਸ਼ਕੋ ਕਿ ਜੇ ਮੈਂ ਗਲਤ ਨਾ ਹੋਵਾਂ ਕਿ ਸਤਿੰਦਰ ਸਰਤਾਜ ਇੱਕ ਸ਼ਾਇਰੀ ਦੇ, ਇੱਕ ਗਾਇਕੀ ਦੇ, ਇੱਕ ਕਲਾ ਦੇ ਮਾਲਕ ਹਨ। ਅਤੇ ਇਸ ਗੱਲ ਦੀ ਅਸੀਂ ਥੋੜ੍ਹ ਸਮਝਦੇ ਸਾਂ ਕਿ ਸਾਡੇ ਪੰਜਾਬ ਦੇ ਵਿੱਚ ਇਹੋ ਜਿਹਾ ਸ਼ਾਇਰ ਹੋਵੇ ਕਿ ਜਿਹੜਾ ਆਪਣੀ ਗਾਇਕੀ ਨੂੰ ਜਿਸ ਤਰ੍ਹਾਂ ਇਹ ਵਹਿ ਕੇ ਗਾਉਂਦੇ ਨੇ, ਬਹੁਤ ਅੱਛੇ ਢੰਗ ਦੇ ਨਾਲ ਗਾਉਂਦੇ ਨੇ, ਇਸ ਦੀ ਥੋੜ੍ਹ ਸੀ। ਅਤੇ ਮੈਂ ਸਤਿੰਦਰ ਸਰਤਾਜ ਜੀ ਨੂੰ ਜ਼ਰੂਰ ਪੁੱਛਾਂਗਾ ਕਿ ਇਹਦੇ ਬਾਰੇ ਤੁਹਾਡੇ ਕੀ ਵਿਚਾਰ ਨੇ। ਮੈਂ ਨਹੀਂ ਸਮਝਦਾ ਕਿ ਜੀ ਮੈਂ ਕੋਈ ਖਾਸ ਕੰਮ ਕੀਤਾ, ਪਰ ਮੈਨੂੰ ਲੱਗਦਾ ਕਿ ਮੈਂ ਸ਼ੁਰੂ ਤੋਂ ਇਹੋ ਜਿਹਾ ਹੀ ਸੀ। ਸੋ ਮੈਂ ਬਸ ਆਪਣੇ ਆਪ ਨੂੰ ਤਬਦੀਲ ਨਹੀਂ ਕੀਤਾ, ਕਾਫੀ ਜਿਹੜੀਆਂ ਕਿੰਨੇ ਹੁੰਦੇ ਔਕੜਾਂ ਆਈਆਂ, ਝਮੇਲੇ ਆਏ, ਪਰ ਮੇਰੀ ਲਗਨ ਸੀ ਇਸ ਪਾਸੇ, ਪਰਮਾਤਮਾ ਨੇ ਇਸ ਪਾਸੇ ਜੋੜ ਹੀ ਰੱਖਿਆ। ਸੋ ਕਹਿੰਦੇ ਹੁੰਦੇ ਕਿ ਆਖਿਰ ਨੂੰ ਤਾਂ ਮੁੱਲ ਪੈਂਦਾ ਹੈ ਜੋ ਵਾਂਗ ਇਬਾਦਤ ਕੰਮ ਕਰਦੇ, ਇੱਕਦਮ ਦਰਿਆ ਨਹੀਂ ਬਣ ਹੁੰਦਾ ਹੈ, ਬੂੰਦ ਬੂੰਦ ਸਾਗਰ ਭਰਦੇ। ਤੇਰੀ ਹਸਤੀ ਤੋਲਾ ਮਾਸਾ ਸੀ ਫਿਰ ਕਿਲੋ ਤੋਂ ਉਹ ਮਣ ਗਈ ਹੈ, ਤੂੰ ਐਵੇਂ ਡਰਦਾ ਰਹਿੰਦਾ ਸੀ ਆ ਦੇਖ ਤੇਰੀ ਗੱਲ ਬਣ ਗਈ। ਸੋ ਮੈਨੂੰ ਲੱਗਦਾ ਕਿ ਚਲੋ ਜੇ ਤੁਸੀਂ ਸਮਝਦੇ ਹੋ ਜਾਂ ਪੰਜਾਬੀ ਸੱਭਿਆਚਾਰ ਜਾਂ ਸਰੋਤੇ ਸਮਝਦੇ ਨੇ ਕਿ ਇੱਕ ਨਵੀਂ ਪਿਰਤ ਆ, ਸੋ ਇਹ ਮੇਰੀ ਖੁਸ਼ਨਸੀਬੀ ਆ। ਸੋ ਇਸ ਗੱਲ ਦਾ ਮੈਂ ਵੀ ਕਹਿੰਦਾ ਹੁੰਦਾ ਕਿ ਮੇਰੇ ਲੋਕ ਮੇਰੇ ਤੋਂ ਹੁਣ ਹੋਰ ਉਮੀਦਾਂ ਕਰਦੇ ਨੇ, ਮੈਂ ਕਿੱਡਾ ਹੋ ਕਦ ਮੈਂ ਉੱਡਾ ਕਦ ਹੋਵਾਂਗਾ ਉਹ ਜਿੱਡੀ ਹਮ ਹੀ ਭਰਦੇ ਨੇ, ਗਾ ਨਗਮਾ ਸਰਤਾਜ ਸਤਿੰਦਰਾ ਤੂੰ ਜੋਗੀ ਦੀ ਬੀਨ ਜਿਹਾ, ਅਗਲੀ ਵਾਰੀ ਇਸ ਤੋਂ ਜ਼ਿਆਦਾ ਲੈ ਕੇ ਤੁਰੀ ਯਕੀਨ ਜਿਹਾ। ਸੋ ਜੇਕਰ ਲੋਕਾਂ ਨੂੰ ਮੇਰੇ ਤੋਂ ਉਮੀਦਾਂ ਨੇ, ਆਸਾਂ ਨੇ, ਮੈਂ ਪੂਰੀ ਤਨਦੇਹੀ ਨਾਲ ਕੋਸ਼ਿਸ਼ ਕਰਾਂਗਾ ਕਿ ਮੈਂ ਉਹਨਾਂ ਦੀਆਂ ਉਮੀਦਾਂ 'ਤੇ ਖਰਾ ਉਤਰ ਸਕਾਂ। ਅੱਜ ਕੱਲ੍ਹ ਤੁਹਾਡੇ ਸ਼ੋਅ ਵੀ ਬੜੇ ਚੱਲਦੇ ਨੇ ਕਿ ਜਿਹੜੇ ਤੁਹਾਡੇ ਫੁਰਸਤ ਦੇ ਪਲ ਹੁੰਦੇ ਆ ਉਹ ਤੁਸੀਂ ਕਿਵੇਂ ਬਿਤਾਉਂਦੇ ਹੋ? ਫੁਰਸਤ ਦੇ ਪਲ ਮੈਨੂੰ ਇਕੱਲੇ ਘੁੰਮਣਾ ਚੰਗਾ ਲੱਗਦਾ ਜੀ, ਚਾਹੇ ਉਹ ਨਦੀਆਂ ਹੋਣ, ਝਰਨੇ ਹੋਣ, ਪਹਾੜ ਹੋਣ, ਜੰਗਲ ਹੋਣ, ਕੁਦਰਤ ਦੇ ਨੇੜੇ ਰਹਿਣਾ ਮੈਨੂੰ ਜ਼ਿਆਦਾ ਚੰਗਾ ਲੱਗਦਾ, ਜਿੱਥੇ ਚਿੜੀਆਂ ਬੋਲਦੀਆਂ ਸੁਣ ਸਕਣ। ਪਿਆਰੇ ਦਰਸ਼ਕੋ, ਕਿ ਚਿੜੀਆਂ ਦੇ ਨਾਲ ਗੱਲਾਂ ਕਰਨ ਵਾਲਾ ਸਰਤਾਜ ਸਾਡੇ ਅੱਜ ਸਾਡੇ ਪ੍ਰੋਗਰਾਮ ਦੇ ਵਿੱਚ ਆਪਾਂ ਗੱਲਬਾਤ ਕਰ ਰਹੇ ਹਾਂ। ਅਤੇ ਮਿਲਦੇ ਹਾਂ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ।